ਸ਼ਹਿਰ ਲੁਧਿਆਣੇ ਦੇ ਵਿੱਚ ਖੜੇ ਹਾਂ ਜੀ ਆਪਾਂ। ਪਿੱਛੇ ਦੇਖ ਲਓ, ਅੱਜ ਵੀਡੀਓ ਕਰਨੀ ਆਪਾਂ ਰੂਟਾਵੇਟਰਾਂ ਦੀ, ਰਹਿਮਤ ਐਗਰੋ ਟੈਕ ਬਾਈ ਜੀ ਹੁਣਾਂ ਦਾ ਆਪਦਾ ਮਾਰਕ ਆ, ਆਪਦੇ ਮਾਰਕੇ 'ਤੇ ਸਾਰਾ ਰੂਟਾਵੇਟਰ ਤਿਆਰ ਕਰਦੇ ਆ, ਆਪਦਾ ਹੀ ਕੰਮ ਆ। ਆਪਾਂ ਗੱਲਬਾਤ ਕਰਨੀ ਆ, ਜਾਣਕਾਰੀ ਲਵਾਂਗੇ ਇਹਦੇ ਬਾਰੇ, ਇਹਦੇ 'ਚ ਦੂਜੇ ਰੂਟਾਵੇਟਰ ਨਾਲੋਂ ਕੀ ਫਰਕ ਆ, ਕੀ ਆ ਕੀ ਨਹੀਂ, ਇਹਦੇ 'ਚ ਕੀ ਤਕਨੀਕ ਆ। ਸਭ ਤੋਂ ਪਹਿਲਾਂ ਵੀਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆ ਜੀ ਆਪਾਂ ਤੁਹਾਡੇ ਮਾਈਕ ਲਗਾ ਦਈਏ। ਹਾਂਜੀ। ਅਤੇ ਆਪਾਂ ਗੱਲ, ਆਪਣਾ ਨਾਮ ਦੱਸੀਏ ਜੀ ਪਹਿਲਾਂ, ਨਾਮ ਕੀ ਹੈ? ਸਤਨਾਮ ਸਿੰਘ ਆ ਜੀ ਮੇਰਾ ਨਾਮ। ਠੀਕ ਹੈ ਜੀ। ਅਤੇ ਆਪਾਂ ਗੱਲ ਕਰੀਏ ਜੀ ਪਹਿਲਾਂ ਐਡਰੈਸ ਦੀ। ਐਡਰੈਸ ਹੈਗਾ ਜੀ ਉੱਧਰ ਦੇਖ ਲਓ, ਭਗਵਾਨਪੁਰਾ। ਹਾਂਜੀ, ਵਿਲੇਜ ਭਗਵਾਨਪੁਰਾ, ਡੇਲੋ ਰੋਡ ਆ ਜੀ, ਸਾਹਨੇਵਾਲ, ਡਿਸਟ੍ਰਿਕਟ ਲੁਧਿਆਣਾ ਜੀ ਆਪਣਾ। ਠੀਕ ਹੈ ਜੀ। ਆਹ ਤੁਹਾਡਾ ਜੀ ਪੋਸਟਰ ਆ। ਹਾਂਜੀ। ਅਤੇ ਗੱਲ ਕਰੀਏ ਜੀ ਆਪਾਂ ਰੂਟਾਵੇਟਰਾਂ ਦੀ। ਹਾਂਜੀ। ਇਹ ਆਪਾਂ ਰੂਟਾਵੇਟਰ ਆਪਣੇ ਕੋਲ, ਪਹਿਲਾਂ ਫੁੱਟ ਦੀ ਗੱਲ ਕਰੀਏ, ਕਿੰਨੇ ਕਿੰਨੇ ਫੁੱਟ ਦਾ ਰੂਟਾਵੇਟਰ ਆਪਣੇ ਕੋਲ ਮੌਜੂਦ ਹੈ ਜੀ? ਇਹ ਵੀਰ ਜੀ ਆਪਣੇ ਕੋਲ 5 ਤੋਂ ਲੈ ਕੇ 10 ਫੁੱਟ ਤੱਕ ਅਵੇਲੇਬਲ ਹੈ ਜੀ, ਜੋ ਡਿਮਾਂਡ ਆ ਉਹਦੇ ਸਿਰ। ਹਾਂਜੀ, ਅਕੋਰਡਿੰਗ ਟੂ ਡਿਮਾਂਡ ਫਰਦਰ ਆਪਾਂ 12 ਫੁੱਟ ਵੀ ਕਰਦੇ ਹੈਗੇ, ਬਣਾਉਂਦੇ ਹਾਂ। ਠੀਕ ਹੈ। ਉਹ ਅਕੋਰਡਿੰਗ ਟੂ ਆਰਡਰਸ ਹੁੰਦੇ ਨੇ। ਠੀਕ ਹੈ ਜੀ। ਠੀਕ ਹੈ ਜੀ। ਜਿਵੇਂ ਸਾਨੂੰ ਆਰਡਰਸ ਆਉਂਦਾ ਉਸ ਹਿਸਾਬ ਨਾਲ ਅਸੀਂ ਉਹਨੂੰ ਬਣਾ ਲੈਂਦੇ ਹਾਂ। ਠੀਕ ਹੈ ਜੀ। ਹਾਂਜੀ। ਅਤੇ ਆਪਾਂ ਛੋਟੇ ਤੋਂ ਲੈ ਕੇ ਵੱਡੇ ਤੱਕ ਜਿੰਨੇ ਆਪਣੇ ਕੋਲ ਹੈਗੇ ਇਸ ਟਾਈਮ ਮੌਜੂਦ ਹੈ ਜੀ, ਬਿਲਕੁਲ ਆਪਾਂ ਸਾਰੇ ਦਿਖਾਵਾਂਗੇ। ਹਾਂਜੀ। ਅਤੇ ਆਪਾਂ ਕਿਹੜੇ ਪਾਸੋਂ ਸ਼ੁਰੂ ਕਰੀਏ ਜੀ? ਆਪਾਂ 5 ਫੁੱਟ ਤੋਂ ਸ਼ੁਰੂ ਕਰ ਸਕਦੇ ਹਾਂ। 5 ਦੇ ਪਿਆ ਜੀ। ਹਾਂਜੀ, 5 ਫੁੱਟਾ ਹੈਗਾ ਆਪਣੇ ਕੋਲ, ਇਹ ਤੋਂ ਸ਼ੁਰੂ ਕਰਦੇ ਹਾਂ ਜੀ। ਤੇ ਇਹਦੇ ਬਾਰੇ ਆਪਾਂ ਦੇਖੀਏ ਤਾਂ ਤੁਸੀਂ ਦੱਸਿਆ ਵੀ ਸਾਰੀ ਚੀਜ਼ ਮਾਰਕੀਟ ਤੋਂ ਲੈ ਕੇ ਅੰਦਰ ਚੀਜ਼ ਜਿਹੜੀ ਇਹਦੇ ਤਿਆਰ ਹੁੰਦੀ ਹੈ, ਏ ਟੂ ਜ਼ੈਡ ਤੁਸੀਂ ਤਿਆਰ ਕਰਦੇ ਹੋ? ਬਿਲਕੁਲ ਬਿਲਕੁਲ ਜੀ, ਏ ਟੂ ਜ਼ੈਡ ਆਪਣੇ ਸਾਰੀ ਤਿਆਰ ਹੁੰਦੀ ਹੈ ਜੀ। ਠੀਕ ਹੈ ਜੀ। ਸਾਰੀ ਇਨ ਹਾਊਸ ਮੈਨੂਫੈਕਚਰਿੰਗ ਆ ਸਾਡੀ। ਹਾਂਜੀ। ਜਿੰਨਾ ਵੀ ਅਸੀਂ ਮਟੀਰੀਅਲ ਯੂਜ਼ ਕਰਦੇ ਹਾਂ ਉਹ ਸਾਰਾ ਟਾਟਾ ਦਾ ਹੈ ਆਪਣਾ। ਠੀਕ ਹੈ ਜੀ। ਈਵਨ ਦੈਨ ਸਾਡਾ ਜਿਹੜਾ ਪਾਈਪ ਆਉਂਦਾ, ਸਕੁਅਰ ਪਾਈਪ ਆਉਂਦਾ, ਸਕੁਅਰ ਟਿਊਬ, ਉਹ ਵੀ ਟਾਟਾ ਦੀ ਹੈ, ਹੈਵੀ ਡਿਊਟੀ ਪਾਈਪ ਆ। ਹਾਂਜੀ। ਠੀਕ ਹੈ ਜੀ। 5 mm ਥਿਕਨੈਸ ਦੇ ਵਿੱਚ। ਠੀਕ ਹੈ ਜੀ। ਜਿਹੜੀ ਆਪਣਾ ਫਰੇਮ ਸ਼ੀਟ ਯੂਜ਼ ਕਰਦੇ ਹਾਂ ਅਸੀਂ, ਇਹ ਟਾਟਾ ਦੀ ਹੈ, 5 mm ਥਿਕਨੈਸ ਦੇ ਵਿੱਚ। ਹਾਂਜੀ। ਠੀਕ ਹੈ ਜੀ। ਡਾਲਾ ਜਿਹੜਾ ਆਉਂਦਾ ਸਾਡਾ, ਜਿਹਨੂੰ ਆਪਾਂ ਟ੍ਰੇਲਰ ਬੋਰਡ ਕਹਿੰਦੇ ਹਾਂ ਜੀ, ਉਹ ਸਾਡਾ ਆਉਂਦਾ ਵਾ 3 mm ਥਿਕਨੈਸ 'ਚ। ਠੀਕ ਹੈ ਜੀ। ਠੀਕ ਹੈ ਜੀ। ਹਾਂਜੀ। ਇੱਦਾਂ ਹੀ ਇਹ ਜਿਹੜੇ ਸਾਈਡ ਪਲੇਟਸ ਆ ਉਹ ਅਸੀਂ 10 mm ਦੀਆਂ ਲਾਉਂਦੇ ਹਾਂ ਦੋਨੋਂ ਪਾਸੇ। ਠੀਕ ਹੈ ਜੀ। ਅਤੇ ਸਭ ਤੋਂ ਮੇਨ ਚੀਜ਼ ਆ ਕਿ ਜਿਹੜੀ ਸਾਡੀ ਹਿੱਚ ਹੈ। ਹਾਂਜੀ। ਠੀਕ ਹੈ ਜੀ। ਜਿਹਨੂੰ ਆਪਾਂ ਟੌਪ ਲਿੰਕ ਵੀ ਕਹਿ ਦਿੰਦੇ ਹਾਂ, ਟੌਪ ਪਲੇਟ, ਉਹ ਸਾਡੀ 8 mm ਦੀ ਹੈ। ਠੀਕ ਹੈ ਜੀ। ਨਾਲ ਅਸੀਂ ਕਾਸਟਿੰਗ ਦੇ ਕਲੈਂਪਸ ਵਗੈਰਾ ਸਾਰਾ ਕੁਝ ਇਨ ਹਾਊਸ ਸਾਰਾ ਮੈਨੂਫੈਕਚਰਿੰਗ ਹੈ ਸਾਡੀ। ਤੇ ਇਹ ਜੀ ਜੇ ਮੇਰੇ ਕਿਸੇ ਵੀਰ ਨੇ ਆਪ ਤਿਆਰ ਕਰਵਾਉਣਾ ਹੋਵੇ, ਕਿੰਨੇ ਕੁ ਟਾਈਮ ਵਿੱਚ ਤਿਆਰ ਕਰ ਦਿੰਦੇ ਜੀ? ਅਕੋਰਡਿੰਗ ਟੂ ਆਰਡਰਸ ਆ ਜੀ। ਠੀਕ ਹੈ ਜੀ। ਹਾਂਜੀ, ਜਿਵੇਂ ਜਿਵੇਂ ਦਿੰਦੇ ਨੇ ਆਰਡਰ ਤੇ ਉਸ ਹਿਸਾਬ ਨਾਲ ਅਸੀਂ ਦੇ ਸਕਦੇ ਹਾਂ ਉਹਨਾਂ ਨੂੰ, ਤਿਆਰ ਕਰਦੇ। ਬਿਲਕੁਲ ਬਿਲਕੁਲ ਜੀ। ਠੀਕ ਹੈ ਜੀ। ਵੀ ਸਾਰੀ ਚੀਜ਼ ਆਪਦੇ ਲਈ ਟੂ ਜੇਟ ਤਿਆਰ ਹੁੰਦੀ? ਬਿਲਕੁਲ ਜੀ। ਬਈ ਇੱਕ ਸੈਂਪਲ ਹੋਰ ਕੰਪਨੀ ਦੇ ਰੂਟਾਵੇਟਰ ਦੇ ਨਾਲੋਂ ਆਪਾਂ ਕਹੀਏ, ਇਹਦੇ ਵਿੱਚ ਜੇ ਮੇਨ ਮੋਟਾ ਮੋਟਿਵ ਵਰਕ ਦੇਖੀਏ, ਕੋਈ ਜ਼ਿਆਦਾ ਮੇਨ ਮੋਟਿਵ ਹੈਗਾ ਇਸ ਦੇ ਵਿੱਚ ਫਰਕ? ਫਰਕ ਸਾਡਾ ਜਿਹੜਾ ਰੂਟਾਵੇਟਰ ਅਕੋਰਡਿੰਗ ਟੂ ਤੁਸੀਂ ਹੋਰ ਕੰਪਨੀਜ਼ ਦੇਖੋ ਤਾਂ ਥੋੜ੍ਹਾ ਹੈਵੀ ਦੇ ਵਿੱਚ ਆ ਜੀ। ਠੀਕ ਹੈ ਜੀ। ਜਿਹਦੇ ਨਾਲ ਥੋੜ੍ਹਾ ਜਿਹੜੀ ਮਲਚਿੰਗ ਪ੍ਰੋਪਰ ਹੁੰਦੀ ਆ। ਠੀਕ ਹੈ ਜੀ। ਜਦੋਂ ਮਲਚ ਕਰਦਾ ਉਹ, ਅਤੇ ਅਸੀਂ ਇਹਦੇ ਵਿੱਚ ਸਪੈਸ਼ਲ ਬੋਰਨ ਸਟੀਲ ਦੇ ਬਲੇਡਸ ਜਿਹੜੇ ਨੇ, ਇਟਾਲੀਅਨ ਬੋਰਨ ਸਟੀਲ ਆ ਪ੍ਰੋਪਰ, ਅਤੇ ਜਿਹੜੇ ਇਹਦੇ ਵਿੱਚ ਅਸੀਂ ਸਾਈਡ ਗੇਅਰਸ ਵੀ ਹੈਗੇ ਨੇ ਸਾਡੇ, ਇਹਦੇ ਵਿੱਚ ਲੱਗਦੇ ਨੇ 20-35 ਗੇਅਰਸ ਆ, ਉਹ EN53 ਸੀ ਦੇ ਵਿੱਚ ਸਾਡੀ ਖੁਦ ਦੀ ਮੈਨੂਫੈਕਚਰਿੰਗ ਆ। ਠੀਕ ਹੈ ਜੀ। ਠੀਕ ਹੈ ਜੀ। ਉਹ ਮਟੀਰੀਅਲ ਅਸੀਂ ਯੂਜ ਫੋਰਜ ਕਰਕੇ ਉਹ ਮਸ਼ੀਨਿੰਗ ਕਰਵਾਉਂਦੇ ਹਾਂ ਅਸੀਂ। ਠੀਕ ਹੈ ਜੀ। ਹਾਂਜੀ। ਇਹ ਸੀਗਾ ਜੀ 5 ਫੁੱਟਾ। ਹਾਂਜੀ, 5 ਫੁੱਟਾ ਜੀ। ਇਹ ਤੋਂ ਅੱਗੇ ਕਿਹੜਾ ਆਉਂਦਾ ਜੀ? ਇਹ ਹੈਗਾ ਜੀ ਆਪਣਾ 7 ਫੁੱਟਾ। 7 ਫੁੱਟਾ ਉਹ ਹੈ। ਹਾਂਜੀ। ਠੀਕ ਹੈ ਜੀ। ਤੇ ਇਹਦੀ ਆਪਾਂ ਗੱਲ ਕਰੀਏ ਜੀ। ਹਾਂਜੀ। ਇਹਦੇ ਵਿੱਚ ਕੀ ਫਿਰ ਆਪਾਂ? ਇਹਦੇ ਵਿੱਚ ਸਾਰਾ ਕੁਝ ਸੇਮ ਆ ਜੀ, ਜਿੱਦਾਂ ਜਿੱਦਾਂ ਸਾਈਜ਼ ਇਨਕਰੀਜ਼ ਹੋਈ ਜਾਣੇ ਆ। ਹਾਂਜੀ। ਇਹ ਮੇਨ ਇਹਦੇ ਵਿੱਚ ਜਿਹੜਾ ਗੇਅਰ ਬਾਕਸ ਆ ਉਹ ਸਾਡਾ 13-23 ਦੇ ਵਿੱਚ ਗੇਅਰ ਬਾਕਸ ਆ ਜੀ, ਹੈਵੀ ਡਿਊਟੀ ਮਲਟੀ ਸਪੀਡ ਸਾਡਾ ਗੇਅਰ ਬਾਕਸ ਹੋਊਗਾ ਜੀ। ਹਾਂਜੀ। ਤੇ ਬਾਕੀ ਡਿਜ਼ਾਈਨ ਸਾਰਿਆਂ ਦਾ ਸੇਮ ਆ ਜੀ, ਮਟੀਰੀਅਲ ਸੇਮ ਉਹਦੇ ਵਿੱਚ ਵੀ, ਜਿੱਦਾਂ 7 ਫੁੱਟਾ ਹੋ ਗਿਆ। ਹਾਂਜੀ, ਸਾਈਜ਼ ਵੱਡੇ ਹੋ ਜਾਣੇ ਆ। ਬਿਲਕੁਲ ਜੀ। ਤੇ ਬਾਕੀ ਦੂਜੀ ਗੱਲ ਇੱਕ ਆਪਾਂ ਕਰੀਏ ਜੀ, ਜੇ ਕਿਸੇ ਮੇਰੇ ਵੀਰ ਭਰਾ ਨੇ ਜੀ ਪੁਰਾਣਾ ਰੂਟਾਵੇਟਰ ਦੇ ਕੇ ਨਵਾਂ ਲੈ ਕੇ ਜਾਣਾ ਹੈ, ਹਾਂਜੀ, ਉਹ ਆਪਣੇ ਕੋਲ ਸਕੀਮ ਹੈ, ਉਹ ਵੀਰ ਨੂੰ ਕਿਸੇ ਨੂੰ ਹੈਲਪ ਕਰ ਸਕਦੇ ਜੀ? ਬਿਲਕੁਲ ਜੀ, ਉਹ ਸਕੀਮ ਹੈਗੀ ਹੈ ਜੀ, ਉਹ ਅਕੋਰਡਿੰਗ ਟੂ ਅਸੀਂ ਕੰਡੀਸ਼ਨ ਦੇਖਦੇ ਹਾਂ ਪਹਿਲਾਂ, ਜੋ ਉਹਦੀ ਕੰਡੀਸ਼ਨ ਹੁੰਦੀ ਹੈ ਉਸ ਪ੍ਰੋਡਕਟ ਦੀ, ਉਸ ਕੰਡੀਸ਼ਨ ਦੇ ਅਕੋਰਡਿੰਗ ਅਸੀਂ ਫਿਰ ਦੇਖਦੇ ਹਾਂ ਕਿ ਅਗਰ ਉਹ ਚੱਲਣ ਯੋਗ ਹੈ ਤਾਂ ਉਹ ਅਸੀਂ ਅਸੈਪਟ ਕਰਦੇ ਹਾਂ। ਹਾਂਜੀ। ਅਗਰ ਨਹੀਂ ਆ ਫਿਰ ਅਸੀਂ ਕਸਟਮਰ ਨੂੰ ਦੱਸ ਦਿੰਦੇ ਹਾਂ ਕਿ ਹਾਂ ਉਹ ਚੱਲਣ ਯੋਗ ਨਹੀਂ ਹੈ। ਜੇ ਮਤਲਬ ਜਮਾਂ ਹੀ ਕੰਮਯੋਗ, ਕੰਮ ਦੇਣ ਯੋਗ ਚੀਜ਼ ਹੈ ਨਹੀਂ, ਬਿਲਕੁਲ ਬਿਲਕੁਲ ਜੀ, ਉਹ ਆ ਜਾਵੇ ਫਿਰ ਅਸੀਂ ਰਿਕਮੈਂਡ ਉਹਨਾਂ ਨੂੰ ਇਹ ਕਰਦੇ ਹਾਂ ਕਿ ਤੁਸੀਂ ਨਵਾਂ ਪ੍ਰੋਡਕਟ ਲੈ ਕੇ ਜਾਓ, ਨਵਾਂ ਪ੍ਰੋਡਕਟ। ਸਹੀ ਹਾਂਜੀ। ਬਾਕੀ ਜੇ ਸਕੀਮ ਆਪਾਂ ਕਹਿ ਦਈਏ, ਆਏ ਨਹੀਂ ਵੀਰ ਹੁਣੇ ਕਹਿੰਦੇ ਵੀ ਹੈ ਨਹੀਂ, ਜੇ ਵਧੀਆ ਚੀਜ਼ ਤੁਸੀਂ ਵੀ ਗਾਓ, ਵਧੀਆ ਚੀਜ਼ ਲੈ ਕੇ ਆਓਗੇ, ਉਹ ਰੱਖ ਕੇ ਤੁਹਾਨੂੰ ਨਵੀਂ ਦਿੱਤੀ ਜਾਊ। ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ। ਅਤੇ ਅੱਗੇ ਇਹ ਸੀ 7 ਫੁੱਟਾ ਜੀ? ਇਹ 7 ਫੁੱਟਾ ਜੀ। ਠੀਕ ਆ, ਅੱਗੇ ਜੀ ਉਸ ਤੋਂ ਬਾਅਦ ਆ ਜੋ ਜੀ, ਉਹ 9 ਫੁੱਟਾ ਜੀ। ਠੀਕ ਹੈ। ਆਪਣੇ ਕੋਲ ਇਹਦੇ ਕਲਰ ਦਾ ਵੀ ਮੈਂ ਨਾ ਚੇਂਜ ਆ ਆਹ ਜ਼ਿਆਦਾ। ਹਾਂਜੀ, ਇਹ ਪਾਊਡਰ ਕੋਟਡ ਆ, ਸਾਡੇ ਕੋਲ 2 ਤਰ੍ਹਾਂ ਦੇ ਕਲਰਸ ਅਵੇਲੇਬਲ।
ਅਪੋਕਸੀ ਪੀਯੂ ਪੇਂਟ ਆ ਸਾਡੇ ਕੋਲ, ਹਾਂਜੀ ਅਸੀਂ ਉਹ ਯੂਜ਼ ਕਰਦੇ ਹਾਂ। ਠੀਕ ਹੈ ਜੀ, ਹਾਂਜੀ। ਅਤੇ ਇਹਦੀ ਗੱਲ ਕਰੀਏ ਜੀ ਆਪਾਂ, ਹਾਂਜੀ ਇਹ 9 ਫੁੱਟ ਆ ਜੀ। ਹਾਂਜੀ, ਇਹ ਮਤਲਬ ਜਿਵੇਂ ਜਿਵੇਂ ਕਹਿ ਦਈਏ ਟਰੈਕਟਰ ਦਾ ਵੀ ਹੈਵੀ ਵੇਟ, ਟਰੈਕਟਰ ਹੀ ਵੱਡਾ ਹੈ। ਹਾਂਜੀ ਬਿਲਕੁਲ, ਇਹਦੇ ਵਿੱਚ ਆਪਣਾ 60 HP ਤੋਂ ਉੱਪਰ ਚੱਲ ਜਾਏਗਾ। 60 HP, ਹਾਂ 60 HP ਦਾ। ਬਾਕੀ ਛੋਟੇ ਤੋਂ ਛੋਟਾ ਮੈਨੂੰ 25 HP ਦਾ ਜ਼ਰੂਰੀ ਟਰੈਕਟਰ ਚਾਹੀਦੇ। ਹਾਂਜੀ ਉਹ ਲਈ ਫਿਰ ਛੋਟੇ ਰਿਕਮੈਂਡ ਹੋ ਜਾਂਦੇ ਨੇ, 5 ਫੁੱਟ ਆ ਜਾਂਦਾ, 7 ਫੁੱਟ ਆ ਜਾਂਦਾ। 45 HP ਦਾ 7 ਫੁੱਟ ਆ ਗਿਆ ਤੁਹਾਡਾ। ਹਾਂਜੀ, 70 HP ਹੀ ਇਹ 60 HP, ਹਾਂਜੀ 60 HP ਦਾ। ਠੀਕ ਹੈ ਬਿਲਕੁਲ ਜੀ। ਅਤੇ ਆਹ ਉਦੋਂ ਵੱਡਾ ਆ ਗਿਆ ਜੀ? ਨਹੀਂ ਇਹ 8 ਫੁੱਟ ਆ ਜੀ। ਠੀਕ ਹੈ ਜੀ, ਹਾਂਜੀ ਇਹ 8 ਫੁੱਟ, ਇਹ 8 ਫੁੱਟ ਦਾ ਆ ਗਿਆ ਜੀ। ਅਤੇ ਇਹ ਰਹਿਮਤ ਆਹ ਜਿਹੜਾ ਆਪਣਾ ਮਾਰਕਾ ਲੱਗਾ? ਹਾਂਜੀ ਰਹਿਮਤ, ਹਾਂਜੀ ਰਹਿਮਤ ਆਪਣਾ ਬ੍ਰਾਂਡ ਆ ਜੀ। ਠੀਕ ਹੈ ਜੀ ਬਿਲਕੁਲ ਜੀ, ਇਹ ਸਾਰੀ ਚੀਜ਼ ਆਪਣੀ ਆਪ ਤਿਆਰ ਬਿਲਕੁਲ ਜੀ। ਉਹ ਟੇਬਲ ਦੇ ਉੱਤੇ ਆਪਾਂ ਗੱਲ ਕਰੀਏ ਜੋ ਆਪਣਾ ਸਾਰਾ ਰੱਖਿਆ ਹੋਇਆ ਗਰਾਰੀਆਂ ਗਰੂਰੀਆਂ, ਤੁਸੀਂ ਦੇਖੋ ਉੱਧਰ, ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਬਿਲਕੁਲ, ਉੱਧਰ ਦੀ ਚੱਲਦੇ ਹਾਂ ਜੀ ਆਪਾਂ। ਬਈ ਆਹ ਚੀਜ਼ਾਂ ਜੋ ਇੱਥੇ ਟੇਬਲ 'ਤੇ ਮੌਜੂਦ ਆ ਇਹ ਤਾਂ ਇਸ ਕਰਕੇ ਰੱਖੀਆਂ ਨੇ ਵੀ ਤੁਹਾਨੂੰ ਦਿਖਾਉਣਾ ਆਹ ਆਪਣੀ ਕੰਪਨੀ ਦੇ ਮਾਰਕੀਟ ਦੀਆਂ ਚੀਜ਼ਾਂ ਜੀ। ਬਿਲਕੁਲ ਜੀ, ਇਹ ਟਾਟਾ ਦਾ ਮਟੀਰੀਅਲ ਹੈ ਜੀ ਸਾਡਾ। ਠੀਕ ਹੈ ਜੀ, ਔਰ ਇਹ ਸਾਰੀ ਸਾਡੀ ਲੇਜ਼ਰ ਕਟਿੰਗ ਹੁੰਦੀ ਆ ਪ੍ਰੋਪਰ, ਹਾਂਜੀ ਸਾਡੇ ਕੋਲ ਲੇਜ਼ਰ ਲੱਗੀ ਹੋਈ ਆ ਮਾਡਾ ਦੀ। ਠੀਕ ਹੈ ਜੀ, ਅਸੀਂ ਇਹਦੀ ਲੇਜ਼ਰ ਕਟਿੰਗ ਕਰਦੇ ਹਾਂ ਸਾਰੀ। ਅਤੇ ਇਹ ਸਾਡੇ ਅਸੀਂ ਇਹਦੇ ਵਿੱਚ ਜਿਹੜੇ ਬੈਰਿੰਗਸ ਆ ਉਹ ARB ਦੇ ਬੈਰਿੰਗ ਯੂਜ਼ ਕਰਦੇ ਹਾਂ, ਸਭ ਤੋਂ ਬੈਸਟ ਹੈ। ਇਹ ਪਿੱਛੋਂ ਵੀ ਆ ਰਹੇ ਨੇ? ਹਾਂਜੀ ਇਹ ਮਾਰਕੀਟ ਅਵੇਲੇਬਲ ਆਈਟਮ ਆ। ਠੀਕ ਹੈ ਜੀ, ਬਟ ਅਸੀਂ ਜਿਹੜੇ ਬ੍ਰਾਂਡ ਆ ਉਹ ਯੂਜ਼ ਕਰਦੇ ਹਾਂ ਇਹਦੇ ਵਿੱਚ ਯੂਜ਼ ਕਰ ਬਿਲਕੁਲ ਜੋ ਤੁਹਾਡਾ ਇਹ ਸਾਰਾ ਤਿਆਰ ਕਰਵਾਉਂਦੇ ਆ ਸਪੈਸ਼ਲ, ਇਹ ਤਿਆਰ ਕਰਵਾਉਂਦੇ ਹੋ ਤੁਸੀਂ? ਬਿਲਕੁਲ। ਠੀਕ ਹੈ ਬਈ, ਦੇਖੋ ਕਿਸੇ ਚੀਜ਼ ਦਾ ਲਕੋ ਨਹੀਂ, ਅੰਦਰ ਪੈਣ ਵਾਲੀ ਚੀਜ਼ ਵੀ ਆਪਾਂ ਸ਼ੋਅ ਕੀਤੀ ਹੈ। ਬਿਲਕੁਲ ਬਿਲਕੁਲ ਜੀ। ਬਈ ਤੁਸੀਂ ਜੇ ਕਹੋ ਬਈ ਐਂ ਕੋਈ ਕੰਮ ਹੈ ਨਹੀਂਗਾ ਵੀ ਚੀਜ਼ ਮਾੜੀ ਪਾਤੀ ਜਾਂ ਕਿਵੇਂ ਆ, ਏ ਟੂ ਜੈਡ ਚੀਜ਼ ਜਿਵੇਂ ਰੂਟਾਵੇਟਰ ਦੇਖੋ ਤਿਆਰ ਕੀਤਾ, ਜੇ ਹੋਰ ਰੂਟਾਵੇਟਰ ਨਾਲੋਂ ਜਿਵੇਂ ਕਿਹਾ ਹੈਵੀ ਚਮਦਾ ਵਧੀਆ ਕੁਆਲਿਟੀ ਜ਼ਰੂਰ ਆਜੂਗਾ ਪਰ ਕੰਮ ਗਲਤ ਨਹੀਂ ਹੋਊਗਾ ਵਧੀਆ। ਜੇ ਇੱਥੋਂ ਚੀਜ਼ ਲੈ ਕੇ ਜਾਊਗੇ ਤਾਂ ਬੰਦਾ ਐਂ ਨਹੀਂ ਹੋ ਵੀ ਪਛਤਾਊਗਾ, ਸਹੀ ਗੱਲ? ਬਿਲਕੁਲ ਬਿਲਕੁਲ ਜੀ। ਅਤੇ ਨਾਲੇ ਆਪਦਾ ਮਾਰਕ ਆਪਾਂ ਕਹੀਏ ਘਰ ਦੀ ਗੱਲ ਹੋਰ ਹੁੰਦੀ ਹੈ। ਬਿਲਕੁਲ ਜੀ ਬਿਲਕੁਲ, ਜਿਹੜੀ ਆਪ ਹੱਥੀ ਤਿਆਰ ਕੀਤੀ ਹੈ। ਹਾਂਜੀ ਹਾਂਜੀ ਠੀਕ। ਅਤੇ ਇੱਧਰ ਆਹ ਸਭ ਤੋਂ ਵੱਡਾ ਆ ਗਿਆ ਜੀ? ਇਹ 10 ਫੁੱਟ ਆ ਗਿਆ ਜੀ। ਇਹ 10 ਫੁੱਟ ਆ ਗਿਆ? ਬਿਲਕੁਲ ਜੀ। ਠੀਕ ਹੈ ਜੀ, ਅਤੇ ਇਹਦੇ 'ਚ ਵੀ ਜਿਵੇਂ ਆਪਾਂ ਕਹਿ ਦਈਏ ਫੀਚਰ ਸਾਰਿਆਂ 'ਚ ਇੱਕੋ ਹੀ ਆ? ਫੀਚਰ ਸੇਮ ਨੇ ਜੀ, ਮਟੀਰੀਅਲ ਵੀ ਸੇਮ ਆ ਸਾਰਾ, ਸਾਈਜ਼ ਵੱਧ ਜਾਣੇ ਆਪਣੇ। ਹਾਂਜੀ ਹਾਂਜੀ, ਬਲੇਡ ਜਾਂ ਹੋਰ ਸਾਰੀ ਚੀਜ਼ ਬਸ ਐਂ ਵੱਡਾ ਹੋ ਗਿਆ? ਹਾਂਜੀ ਵੱਡਾ ਹੋ ਗਿਆ ਜੀ। ਠੀਕ ਹੈ ਜੀ ਬਿਲਕੁਲ। ਅਤੇ ਇਹਦੇ ਬਾਰੇ ਹੋਰ ਕੋਈ ਤੁਹਾਡੇ ਵੱਲੋਂ ਜੋ ਤੁਸੀਂ ਤਕਨੀਕੀ ਜਾਣਕਾਰੀ ਦਿੱਤੀ ਹੈ ਜੀ ਉਹਦੇ 'ਚ ਕੋਈ ਹੋਰ ਗੱਲ ਰਹਿ ਗਈ ਹੋਵੇ ਜਾਂ ਆਪਾਂ ਦਰਸ਼ਕਾਂ ਨਾਲ ਸਾਂਝੀ ਕਰਨੀ ਹੋਵੇ ਤੁਸੀਂ ਦੱਸਣ ਵਾਲੀ ਹੋਵੇ ਕੋਈ ਰਹਿੰਦੀ ਹੈ ਜੀ? ਬਿਲਕੁਲ ਜੀ, ਇਹਦੇ ਵਿੱਚ ਅਸੀਂ ਇਸ ਤਰੀਕੇ ਨਾਲ ਇਹਨੂੰ ਡਿਜ਼ਾਈਨ ਕੀਤਾ, ਅਸੀਂ ਇਹਦੇ ਵਿੱਚ ਅਗਰ ਸੁਪਰ ਸੀਡਰ ਦੀ ਅਟੈਚਮੈਂਟ ਲਾਉਣੀ ਚਾਹੁੰਦੇ ਹਾਂ ਤਾਂ ਅਸੀਂ ਇਹਦੇ ਵਿੱਚ ਸੁਪਰ ਸੀਡਰ ਦੀ ਅਟੈਚਮੈਂਟ ਵੀ ਲਗਾ ਸਕਦੇ ਹਾਂ। ਠੀਕ ਹੈ ਜੀ, ਇਹ ਇੱਕ ਤਰ੍ਹਾਂ ਦਾ ਇੱਦਾਂ ਦਾ ਰੋਟਾਵੇਟਰ ਆ ਜਿਹਨੂੰ ਅਸੀਂ ਪਲੱਗ ਐਂਡ ਪਲੇ ਕਹਿੰਦੇ ਹਾਂ। ਹਾਂਜੀ, ਜੋ ਪਲੱਗ ਐਂਡ ਪਲੇ ਮਤਲਬ ਕਿ ਤੁਸੀਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਖੋਲ ਕੇ ਸੁਪਰ ਸੀਡਰ ਨੂੰ ਐਜ਼ ਆ ਰੋਟਾਵੇਟਰ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ, ਠੀਕ ਹੈ ਜੀ। ਅਤੇ ਤੁਸੀਂ ਜਦੋਂ ਮਰਜ਼ੀ ਚਾਹੋ ਤਾਂ ਉਹਨੂੰ ਸੁਪਰ ਸੀਡਰ ਲਾ ਕੇ ਅਟੈਚਮੈਂਟ ਤੁਸੀਂ ਉਹਨੂੰ ਸੁਪਰ ਸੀਡਰ ਵੀ ਯੂਜ਼ ਕਰ ਸਕਦੇ ਹੋ। ਇਹ ਰੂਟਾਵੇਟਰ ਦੋ ਕੰਮ ਕਰੂਗਾ ਜੀ? ਬਿਲਕੁਲ। ਠੀਕ ਹੈ ਜੀ, ਪੈਸੇ ਲਾਉਂਗੇ ਜਦੋਂ ਇਕੱਲਾ ਰੂਟਾਵੇਟਰ ਦਾ ਕੰਮ ਨਹੀਂ ਕਰਨਾ, ਕੰਮ ਦੋ ਕਰੂਗਾ, ਬਾਕੀ ਇੱਕ ਆਪ ਬਣਾਈ ਚੀਜ਼ ਆ ਕੰਮ ਵੀ ਦੋ ਕਰਨੇ ਆ, ਪੈਸੇ ਲਾਏ ਰਾਸ ਆ ਜਾਣਗੇ। ਬਿਲਕੁਲ ਜੀ ਬਿਲਕੁਲ। ਬੰਦੇ ਨੂੰ ਅਤੇ ਆਪਾਂ ਗੱਲ ਕਰੀਏ ਆਪਾਂ ਫਿਰ ਕੰਮ ਕਦੋਂ ਤੋਂ ਕਰ ਰਹੇ, ਸ਼ੁਰੂ ਕਦੋਂ ਕੀਤਾ ਜੀ ਇਹ ਸਭ ਕੁਝ ਬਣਾਉਣਾ ਰੂਟਾਵੇਟਰ ਬਾਰੇ? ਇਹ ਐਟਲੀਸਟ ਸਾਨੂੰ 5 ਸਾਲ ਹੋ ਗਿਆ ਜੀ। ਠੀਕ ਹੈ ਜੀ, ਵਰਕ ਕਰਦੇ? ਹਾਂਜੀ ਹਾਂਜੀ 5 ਸਾਲ ਹੋ ਗਏ ਨੇ ਸਾਨੂੰ ਕੰਮ ਕਰਦਿਆਂ ਨੂੰ। ਅਤੇ ਅਸੀਂ ਰੂਟਾਵੇਟਰ ਦੇ ਨਾਲ ਨਾਲ ਅਸੀਂ ਬਹੁਤ ਸਾਰੇ ਹੋਰ ਇੰਪਲੀਮੈਂਟਸ ਵੀ ਆਪਣੇ ਡਿਵੈਲਪ ਕੀਤੇ ਨੇ। ਬਈ ਇਕੱਲੀ ਰੂਟਾਵੇਟਰ ਬਾਰੇ ਨਹੀਂ, ਤੁਸੀਂ ਰੂਟਾਵੇ ਐਗਰੀਕਲਚਰ ਦੇ ਵਿੱਚ ਆਪਾਂ ਕਹਿ ਦਈਏ ਰੂਟਾਵੇਟਰ ਦੇ ਨਾਲ ਨਾਲ ਹੋਰ ਵੀ ਜਿਹੜੇ ਖੇਤੀਬਾੜੀ ਸੰਦ ਕਰੀਏ ਤਿਆਰ ਕਰਦੇ ਹਾਂ। ਹਾਂਜੀ ਬਿਲਕੁਲ ਜੀ, ਅੱਗੇ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਜਾਂ ਥੋੜ੍ਹੇ ਟਾਈਮ ਦੇ ਵਿੱਚ ਹੀ ਉਹ ਤਿਆਰ ਹੋ ਜਾਣਗੇ? ਬਿਲਕੁਲ, ਨਹੀਂ ਤਿਆਰ ਚੱਲਦੇ ਨੇ ਜੀ ਸਾਡੇ, ਅਜੇ ਚੱਲ ਰਹੇ ਨੇ, ਥੋੜ੍ਹੇ ਟਾਈਮ ਦੇ ਵਿੱਚ ਹੀ ਉਹ ਬਾਹਰ ਆ ਜਾਣਗੇ। ਹਾਂਜੀ ਬਿਲਕੁਲ, ਬਾਹਰ ਆ ਜਾਣੇ ਨੇ। ਕਿਹੜੇ ਕਿਹੜੇ ਪ੍ਰੋਡਕਟ ਨੇ ਉਹ? ਸਾਡੇ ਸੁਪਰ ਸੀਡਰ ਹੈਗੇ ਨੇ। ਠੀਕ ਹੈ ਜੀ, ਠੀਕ ਹੈ ਜੀ, ਨਵੀਂ ਟੈਕਨੋਲੋਜੀ ਦਾ ਅਸੀਂ ਸੁਪਰ ਸੀਡਰ ਲਾ ਰਹੇ ਹਾਂ। ਠੀਕ ਹੈ ਜੀ, ਅਤੇ ਸਾਡੇ ਕੋਲ ਸਪਰੇਅ ਪੰਪ ਵੀ ਅਵੇਲੇਬਲ ਹੈਗਾ ਜਿਵੇਂ ਤੁਸੀਂ ਦੇਖ ਸਕਦੇ ਹੋ। ਠੀਕ ਹੈ ਜੀ, ਅਤੇ ਸਾਡੇ ਕੋਲ ਲੇਜ਼ਰ ਲੈਵਲਰ ਵੀ ਅਵੇਲੇਬਲ ਹੈਗਾ। ਠੀਕ ਹੈ ਜੀ, ਠੀਕ ਹੈ ਜੀ, ਕਰਾਹਾ ਕਹਿ ਦਿੰਦੇ? ਬਿਲਕੁਲ ਜੀ, ਇਹਨੂੰ ਆਪਾਂ ਕਰਾਹਾ ਕਹਿ ਦਿੰਦੇ। ਬਿਲਕੁਲ ਜੀ, ਜਿਹੜਾ ਸਾਡੇ ਕੋਲ ਸਪਰੇਅ ਪੰਪ ਆ ਉਹ 400 ਲੀਟਰਸ ਤੋਂ ਲੈ ਕੇ 2000 ਲੀਟਰਸ ਤੱਕ ਆ।
ਠੀਕ ਹੈ ਜੀ। ਸਾਡੇ ਕੋਲ ਦੋ ਤਰ੍ਹਾਂ ਦੇ ਸਪਰੇ ਪੰਪ ਅਵੇਲੇਬਲ ਨੇ, ਟਰੈਕਟਰ ਮਾਊਂਟਡ ਹੈਗਾ ਹਾਂਜੀ, ਜਿਹੜਾ ਅਸੀਂ ਟਰੈਕਟਰ ਮਾਊਂਟ ਕਰ ਸਕਦੇ ਹਾਂ, ਨਾਲ ਸਾਡਾ ਇੱਕ ਹੈਵੀ ਜਦੋਂ ਆਪਾਂ ਧੁਰਾ ਲਾ ਦਿੰਦੇ ਹਾਂ ਹਿੱਸਾ ਲਾ ਕੇ ਵੀ ਅਸੀਂ ਅਵੇਲੇਬਲ ਹੈਗਾ ਸਾਡੇ ਕੋਲ। ਠੀਕ ਹੈ ਜੀ, ਬਈ ਐਗਰੀਕਲਚਰ ਦੇ ਵਿੱਚ ਹਰੇਕ ਚੀਜ਼ ਪ੍ਰੋਵਾਈਡ ਕਰੋਗੇ? ਬਿਲਕੁਲ ਜੀ, ਸਾਡੇ ਮਾਰਕਾ ਵੀ ਆਪਣਾ ਸਾਰੀ ਚੀਜ਼ ਬਣਾਉਂਗੇ? ਬਿਲਕੁਲ ਜੀ, ਬਿਲਕੁਲ ਬਈ, ਕਰਾਹਾ, ਰੂਟਾਵੇਟਰ, ਸਪਰੇ ਪੰਪ, ਸਾਰੀਆਂ ਚੀਜ਼ਾਂ ਅਵੇਲੇਬਲ? ਸਪਰੇ ਪੰਪ ਵੀ ਅਵੇਲੇਬਲ, ਤੇ ਰੂਟਾਵੇਟਰ ਇਸ ਵੇਲੇ ਆਪਣੇ ਕੋਲ ਹੁਣ ਮੌਜੂਦ ਹੈ? ਹਾਂਜੀ, ਅਸੀਂ ਇਹਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਡਬਲ ਡਰਾਈਵ ਜਿਹੜਾ ਰੂਟਾਵੇਟਰ ਉਹ ਵੀ ਡਿਵੈਲਪ ਕਰ ਰਹੇ ਹਾਂ, ਇਹਨੂੰ ਦੂਣਾ ਕਰ ਦਾਂਗੇ। ਹਾਂਜੀ, ਦੂਗਣਾ ਕਰ ਦਾਂਗੇ, ਦੂਗਣੀ ਪਾਵਰ ਕਹਿ ਦਈਏ, ਦੂਗਣੀ ਪਾਵਰ, ਬਿਲਕੁਲ। ਠੀਕ ਹੈ ਜੀ, ਹਾਂਜੀ, ਤੇ ਇਹ ਜੇ ਮੇਰੇ ਵੀਰ ਨੂੰ ਸਪਰੇ ਜਾਂ ਉਹ ਕਰਾਹੇ ਦੀ ਲੇਜ਼ਰ ਲੈਵਲ ਦੀ ਲੋੜ ਹੋਵੇ, ਹਾਂਜੀ, ਤੇ ਉਹ ਫਿਰ ਕਦੋਂ ਤੱਕ ਤਿਆਰ ਹੋ ਜੂਗਾ ਜੀ? ਅਕੋਰਡਿੰਗ ਟੂ ਆਰਡਰਸ ਹੁੰਦੇ ਨੇ ਜੀ, ਜਿਵੇਂ ਆਰਡਰ, ਜੇ ਮੈਂ ਫੋਨ ਲਾ ਵੀ ਦਿੱਤਾ ਮੇਰੇ ਯਾਰ ਕਿ ਕਿਸੇ ਭਰਾ ਨੇ ਵੀ ਮੈਨੂੰ ਚਾਹੀਦਾ ਹੈ, ਬਿਲਕੁਲ ਬਿਲਕੁਲ, ਉਹ ਫਿਰ ਉਸ ਹਿਸਾਬ ਨਾਲ ਤਿਆਰ ਕਰਕੇ ਉਹਨੂੰ ਦੇ ਦੋ। ਬਿਲਕੁਲ ਜੀ, ਬਾਕੀ ਚੁਕਾਉਣ ਵਾਲੀ ਚੀਜ਼ ਰੂਟਾਵੇਟਰ, ਰੂਟਾਵੇਟਰ ਹੈਗੇ ਨੇ ਸਾਡੇ ਕੋਲ, ਲੇਜ਼ਰ ਲੈਵਲਰ ਅਵੇਲੇਬਲ ਨੇ, ਠੀਕ ਹੈ, ਸਪਰੇ ਪੰਪ ਅਵੇਲੇਬਲ ਨੇ, ਔਨ ਦੀ ਸਪੋਟ ਉਹਨਾਂ ਨੂੰ ਮਿਲ ਸਕਦਾ ਹੈ। ਕੋਈ ਵੀ ਚੀਜ਼ ਚਾਹੀਦੀ ਹੈ? ਬਿਲਕੁਲ ਜੀ, ਅਤੇ ਇਹ ਚੀਜ਼ ਸਾਡੀ ਹਜੇ ਰਹਿ ਗਈ ਸੀ ਅਤੇ ਇਹ ਚੀਜ਼ ਅਸੀਂ ਵਿੱਚ ਐਡ ਕੀਤੀ ਕਿਉਂਕਿ ਜ਼ਰੂਰੀ ਹੈ, ਇਕੱਲੇ ਰੂਟਾਵੇਟਰ ਨਹੀਂ, ਜਿੰਨੀਆਂ ਵੀ ਪੋਸਟਰ ਦੇ ਉੱਤੇ ਚੀਜ਼ਾਂ ਲੱਗੀਆਂ, ਅੱਧੀਆਂ ਕਮਿੰਗ ਸੂਨ ਵੀ ਆ ਅਤੇ ਅੱਧੀਆਂ ਬਣ ਵੀ ਚੁੱਕੀਆਂ, ਕੋਈ ਵੀ ਜਿਹੜੀ ਤੁਸੀਂ ਚੀਜ਼ ਲੈਣੀ ਆ ਉਹ ਲੈ ਸਕਦੇ ਹੋ। ਬਿਲਕੁਲ ਜੀ, ਸਾਰੀਆਂ ਅਵੇਲੇਬਲ ਆ। ਹਾਂਜੀ, ਲੱਗੂਗਾ ਵੀ ਪੈਸੇ ਲਾਏ ਤਾਂ ਚੰਗੀ ਚੀਜ਼ ਤੇ ਲਾਏ। ਬਿਲਕੁਲ ਜੀ, ਬਿਲਕੁਲ, ਠੀਕ ਹੈ ਜੀ, ਤੇ ਆਪਣਾ ਫੋਨ ਨੰਬਰ ਜੋ ਬੋਰਡ ਦੇ ਉੱਤੇ ਆਪਾਂ ਉਹ, ਹਾਂਜੀ, ਫੋਨ ਨੰਬਰ ਆ ਸਾਡੇ ਮੈਂਸ਼ਨ ਨੇ, ਕੰਟੈਕਟ ਨੰਬਰ ਦਿੱਤੇ ਹੋਏ ਨੇ। ਹਾਂਜੀ ਹਾਂਜੀ, ਤੇ ਜੇ ਕੋਈ ਵੀ ਜਾਣਕਾਰੀ ਜਾਂ ਕੋਈ ਗੱਲਬਾਤ ਤੁਹਾਡੇ ਨਾਲ ਕਰਨੀ ਆਪਾਂ ਉਹੀ ਨੰਬਰ ਸ਼ੋਅ ਕਰਦੇ, ਬਿਲਕੁਲ ਤੁਹਾਨੂੰ ਕਾਲ ਕਰ ਸਕਦਾ। ਬਿਲਕੁਲ ਜੀ, ਜਦੋਂ ਮਰਜ਼ੀ ਕਾਲ ਕਰ ਸਕਦੇ। ਆਪਣੀ ਜੋ ਇਹ ਡਿਲੀਵਰੀ ਇੱਥੇ ਤੁਸੀਂ ਕਰਦੇ ਹੋ 24 ਘੰਟੇ ਅਵੇਲੇਬਲ ਹੈ? ਹਾਂਜੀ, ਅਵੇਲੇਬਲ ਹੈ ਜੀ। ਠੀਕ ਹੈ ਜੀ, ਬਈ ਕਾਲ ਕਰਕੇ ਤੁਸੀਂ ਇੱਥੇ ਆ ਸਕਦੇ? ਬਿਲਕੁਲ, ਕਾਲ ਕਰਕੇ ਆ ਸਕਦੇ। ਵੀ ਤੁਹਾਨੂੰ ਦੱਸਤਾ ਹੈ ਨਾ? ਹਾਂਜੀ, ਐਡਰੈਸ ਮੈਂਸ਼ਨ ਕਰਤਾ, ਤੁਸੀਂ ਫੇਰ ਬੋਲ ਦਿਓ ਜੀ। ਇਹ ਆਪਣਾ ਭਗਵਾਨਪੁਰਾ ਜੀ, ਡੇਲੋ ਰੋਡ ਹੈ, ਸਾਹਨੇਵਾਲ ਡਿਸਟ੍ਰਿਕਟ ਲੁਧਿਆਣਾ ਜੀ। ਠੀਕ ਹੈ ਜੀ, ਹਾਂਜੀ, ਵੀ ਤੁਸੀਂ ਇੱਥੇ ਆ ਕੇ ਰਹਿਮਤ ਐਗਰੋਟੈਕ, ਜੇ ਤੁਸੀਂ ਪੁੱਛ ਵੀ ਲਓ ਰੂਟਾਵੀਟਰ ਵਾਲਾ ਕੰਮ ਕਰਦੇ, ਉਹ ਵੀ ਤੁਹਾਨੂੰ ਸ਼ਹਿਰ ਦੇ ਵਿੱਚ ਦੱਸ ਸਕਦੇ ਨੇ ਵੀ ਬਾਈ ਜੀ ਉਹਨੇ ਫਲਾਣੇ ਕੰਮ ਕਰਦੇ ਆ। ਐਡਰੈਸ ਵੀ ਕੋਈ ਦੱਸ ਦੂ ਜੇ ਨਾ ਪਤਾ। ਬਿਲਕੁਲ ਬਿਲਕੁਲ ਜੀ, ਬਿਲਕੁਲ। ਤੇ ਬਾਕੀ ਗੱਲਬਾਤ ਆਪਾਂ ਸਾਰੀ ਕਰ ਲਈ ਹੈ ਜੀ, ਨੰਬਰ ਵੀ ਪਾਤੇ ਆ। ਬਿਲਕੁਲ ਜੀ, ਤੇ ਕੋਈ ਵੀ ਗੱਲ ਕਰਨੀ ਆ ਜਾਂ ਬਾਈ ਜੀ ਹੋਣਾ ਤੋਂ ਰੂਟਾਵੀਟਰ ਲੈਣਾ ਤੇ ਵਿੱਚ ਦੇ ਕੇ ਨਵਾਂ ਲੈ ਕੇ ਜਾਣਾ, ਉਹ ਵੀ ਸਾਰੀ ਗੱਲਬਾਤ ਕਰ ਲਿਓ ਤੇ ਨੰਬਰ ਪਾਤਾ ਏ, ਵੀਡੀਓ ਸ਼ੇਅਰ ਕਰ ਦਿਓ ਦੱਬ ਕੇ, ਤੇ ਜਿਹਨੂੰ ਮੇਰੇ ਵੀਰ ਭਰਾ ਨੂੰ ਲੋੜ ਆ ਤੇ ਉਹ ਇੱਥੇ ਆ ਜਾਵੇ, ਚੀਜ਼ ਵਧੀਆ ਏ। ਬਿਲਕੁਲ ਜੀ, ਘਰ ਦੀ ਤਿਆਰ ਆਪਾਂ ਕਹਦੇ, ਘਰ ਦੀ ਤਿਆਰ ਕੀਤੀ ਹੋਈ ਚੀਜ਼ ਆ। ਕਿੱਥੇ ਤੱਕ ਜਾਂਦੇ ਰੂਟਾਵੀਟਰ? ਤੇ ਇਹ ਆਪਾਂ ਇੱਕ ਹੋਰ ਗੱਲ ਰਹਿ ਗਈ ਜੀ, ਹਾਂਜੀ, ਰੂਟਾਵੀਟਰ ਆਪਣੇ ਕਿੱਥੋਂ ਤੱਕ ਜਾ ਵੜਨਗੇ, ਕਿੱਥੋਂ ਤੱਕ ਭੇਜਦੇ? ਆਪਣੇ ਜੀ ਜਿਹੜੇ ਪ੍ਰੋਡਕਟਸ ਨੇ ਜੀ, ਆਲ ਓਵਰ ਇੰਡੀਆ ਸਾਡੀ ਡਿਲੀਵਰੀ ਆ ਜੀ। ਹਾਂਜੀ ਹਾਂਜੀ, ਸਾਡੇ ਅਲੱਗ ਅਲੱਗ ਲੋਕੇਸ਼ਨਸ ਦੇ ਉੱਤੇ ਡੀਲਰਸ ਨੇ। ਠੀਕ ਹੈ ਜੀ, ਹਾਂਜੀ, ਜਿਵੇਂ ਆਪਣੇ ਰਾਜਸਥਾਨ ਹੋ ਗਿਆ, ਉੱਥੇ ਅਲੱਗ ਨੇ ਡੀਲਰਸ ਨੇ ਸਾਡੇ, ਯੂਪੀ ਦੇ ਵਿੱਚ ਅਲੱਗ ਡੀਲਰਸ ਨੇ, ਕਰਨਾਟਕਾ, ਈਵਨ ਦੈਨ ਮਹਾਰਾਸ਼ਟਰ ਆਲਸੋ। ਪਰੇਸ਼ਾਨੀ ਵਾਲੀ ਕੋਈ ਗੱਲ ਨੀ, ਡੀਲਰ ਉੱਥੇ ਇਹਨਾਂ ਦੇ ਬਾਈ ਜੀ ਹੋਣਾ ਦੇ ਮੌਜੂਦ ਆ, ਬਿਲਕੁਲ, ਉੱਥੋਂ ਵੀ ਤੁਸੀਂ ਡਿਲੀਵਰੀ ਕਰਵਾ ਸਕਦੇ ਹੋ। ਬਿਲਕੁਲ, ਇੱਥੇ ਜਦੋਂ ਤੁਸੀਂ ਫੋਨ ਲਾਤਾ, ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਡੀਲਰ ਕੰਟੈਕਟ ਕਰਕੇ ਘਰੇ ਰੂਟਾਵੀਟਰ ਪਹੁੰਚਾਉਣਗੇ। ਸਹੀ ਗੱਲ ਨਾ ਜੀ, ਤੇ ਬਾਕੀ ਗੱਲਬਾਤ ਕਰਕੇ ਚੰਗਾ ਲੱਗਾ ਜੀ। ਧੰਨਵਾਦ ਜੀ, ਤੇ ਧੰਨਵਾਦ ਕਰਦੇ ਤੁਹਾਡਾ। ਤੇ ਜਿਹੜੇ ਮੇਰੇ ਵੀਰ ਨੂੰ ਨਵੇਂ ਰੂਟਾਵੀਟਰ ਦੀ ਲੋੜ ਆ, ਉਹਦੇ ਲਈ ਵੀਡੀਓ ਲਾਹੇਵੰਦ ਆ ਜੀ। ਘਰੇ ਫੇਰ ਮੈਂ ਕਹਿੰਦਾ, ਘਰੇ ਤਿਆਰ ਕੀਤੀ ਚੀਜ਼ ਆ ਵਧੀਆ, ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ। ਧੰਨਵਾਦ।